ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਤਸਵੀਰਾਂ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ, ਇਹ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਿਕ ਗੁਰਦੁਆਰਾ ਤਰਨ ਤਾਰਨ ਸਾਹਿਬ ਦੀਆਂ ਨੇ। ਤਕਰੀਬਨ 200 ਸਾਲ ਪੁਰਾਣੀ ਕੰਵਰ ਨੌਨਿਹਾਲ ਜੀ ਵੱਲੋਂ ਕਰਵਾਈ ਗਈ ਸੇਵਾ ਦੀ ਯਾਦਗਾਰ ਜੋ ਸਿੱਖ ਰਾਜ ਦੀ ਨਿਸ਼ਾਨੀ ਵਜੋਂ ਵੇਖੀ ਜਾਂਦੀ ਸੀ। ਬੀਤੇ ਦਿਨੀ 30-31 ਮਾਰਚ ਦੀ ਰਾਤ ਨੂੰ 12 ਵਜੇ 400 ਕਾਰ ਸੇਵਕਾਂ ਨੇ 150 ਪੁਲਿਸ ਕਰਮਚਾਰੀਆਂ ਦੀ ਸਹਾਇਤਾ ਨਾਲ ਸੰਗਤ ਨਾਲ ਧੱਕੇ ਮੁੱਕੀ ਕਰਕੇ ਦੋ ਨੌਜਵਾਨਾਂ ਨੂੰ ਜ਼ਖਮੀ ਕਰਕੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਮਨਾਰਿਆਂ ਵਾਲੀ ਮੰਜ਼ਿਲ ਨੂੰ ਤੋੜ ਦਿੱਤਾ ਗਿਆ ਹੈ। ਇਸ ਵਿੱਚ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਮੁੱਖ ਦੋਸ਼ੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇੱਕ ਵਾਰ ਪਹਿਲਾਂ ਵੀ ਇਹ ਕਾਰ ਸੇਵਾ ਵਾਲੇ ਤਰਨ ਤਾਰਨ ਦੇ ਦਰਸ਼ਨ ਡਿਉੜੀ ਨੂੰ ਢਾਉਣ ਲੱਗੇ ਸੀ, ਪਰ ਸਿੱਖ ਸੰਗਤਾਂ ਨੇ ਵਿਰੋਧ ਕਰਕੇ ਰੋਕ ਲਿਆ ਸੀ। ਇਸ ਵਾਰ ਇਹਨਾਂ ਨੇ ਸਿੱਖਾਂ ਤੋਂ ਅੱਖ ਬਚਾ ਕੇ ਰਾਤੋਂ ਰਾਤ ਇਹ ਕੰਮ ਨੂੰ ਇਲਜ਼ਾਮ ਦੇ ਦਿੱਤਾ। ਭਰਾਵੋ, ਬਚਾਓ ਆਪਣੇ ਪੁਰਾਤਨ ਇਤਿਹਾਸ ਨੂੰ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮਾਫ਼ ਨਹੀਂ ਕਰਨਾ। ਜਿਸ ਕੌਮ ਦਾ ਇਤਿਹਾਸਿਕ ਵਿਰਸਾ ਖਤਮ ਹੋ ਜਾਵੇ, ਉਸ ਕੌਮ ਦਾ ਆਉਣ ਵਾਲੇ ਸਮੇਂ ਵਿੱਚ ਵਜੂਦ ਵੀ ਖਤਮ ਹੋ ਜਾਂਦਾ ਹੈ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਇੱਥੇ ਅਸੀਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਹੀ ਰਹਿੰਦੇ ਹਾਂ। ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਛ ਨਵਾਂ ਲੈ ਕੇ।